ਉਹ ਕਹਿੰਦੇ ਆ ਨਾ ਚੰਗੇ ਵੇਲੇ ਤੇ ਸਾਰੇ ਯਾਰ ਆ, ਔਖੇ ਵੇਲੇ ਕੋਈ ਬਾਹ ਨਹੀਂ ਫੜਦਾ। ਜਿਹੜੇ ਬੱਚੇ ਦਾ ਵੀਜ਼ਾ ਗ੍ਰਾਂਟ ਹੋਇਆ ਸੀਗਾ ਸਪਤੰਬਰ ਇਨਟੇਕ ਦੇ ਵਿੱਚ, ਸੋ ਅਸਮਾਨ ਤੋਂ ਬਿੱਲੀ ਦੀ ਗਰਜ ਜਿਹੜੀ ਆ ਸਟੂਡੈਂਟ ਦੇ ਉੱਪਰ ਪਈ, ਉਹਦੀ ਲਾਈਫ ਦੇ ਉੱਪਰ ਪਈ ਹੈ। ਵੀਜ਼ਾ ਗ੍ਰਾਂਟ ਹੋਣ ਤੋਂ ਬਾਅਦ ਅੱਜ ਕਾਲਜ ਬੱਚੇ ਨੂੰ ਫੀਸ ਵਾਪਸ ਕਰ ਰਿਹਾ ਕਿ ਅਸੀਂ ਤੁਹਾਨੂੰ ਨਹੀਂ ਪੜ੍ਹਾ ਸਕਦੇ। ਹੋ ਸਕਦਾ ਤੁਹਾਡੇ ਨਾਲ ਆ ਚੀਜ਼ ਹੋਈ ਹੈ, ਹੋ ਸਕਦਾ ਕਿ ਤੁਹਾਡੇ ਯਾਰ ਦੋਸਤ ਆਂਢੀ ਗੁਆਂਢੀ ਆ ਕਿਸੇ ਰਿਸ਼ਤੇਦਾਰ ਨਾਲ ਆ ਚੀਜ਼ ਹੋਈ ਹੈ ਕਿ ਨਦਨ ਕਾਲਜ ਦੀ ਐਪਲੀਕੇਸ਼ਨ ਸੀਗੀ ਅਤੇ ਅੱਜ ਕਾਲਜ ਕਹਿੰਦਾ ਕਿ ਮੈਂ ਵਾਪਸ ਕਰੂੰਗਾ। ਨਾ ਕੋਈ ਕਾਲਜ ਬਾਂਹ ਫੜਦਾ ਅਤੇ ਨਾ ਹੀ ਕੋਈ ਕੰਸਲਟੈਂਟ ਬਾਂਹ ਫੜ ਰਿਹਾ, ਕਿਸੇ ਦੇ ਹੱਥ ਵਸ ਨਹੀਂ ਹੈਗਾ। ਸੋ ਹੋਮ ਗਲੋਬਲ ਪਹਿਲਾਂ ਵੀ ਸਟੂਡੈਂਟਸ ਨਾਲ ਖੜਦਾ ਸੀਗਾ ਅਤੇ ਅੱਜ ਵੀ ਸਟੂਡੈਂਟਸ ਦੇ ਨਾਲ ਖੜਾ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਡੇ ਨੌਨ ਦੇ ਵਿੱਚ ਕੋਈ ਜਾਣਕਾਰ ਐਸਾ ਹੈ ਕਿ ਜਿਹਦੇ ਨਾਲ ਆਹ ਇੰਸੀਡੈਂਟਸ ਹੋ ਚੁੱਕਾ, ਹੋਮ ਗਲੋਬਲ ਸਪਤੰਬਰ ਇਨਟੇਕ ਦੇ ਵਿੱਚ ਤੁਹਾਨੂੰ ਕੈਨੇਡਾ ਦੇ ਕਾਲਜਸ ਦੇ ਵਿੱਚ ਪੜ੍ਹਾਏਗਾ। ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ, ਸੋ ਦੈਟ ਕਿ ਤੁਹਾਡੀ ਇੱਕ ਸ਼ੇਅਰ ਦੇ ਨਾਲ ਕਿਸੇ ਦਾ ਪੈਸਾ ਬਚ ਜਾਵੇ, ਕਿਸੇ ਦਾ ਕੈਰੀਅਰ ਬਚ ਜਾਵੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਇੱਕ ਇੰਪੋਰਟੈਂਟ ਟੋਪਿਕ 'ਤੇ ਡਿਸਕਸ਼ਨ ਕਰਾਂਗੇ। ਉਹ ਕਹਿੰਦੇ ਆ ਨਾ ਚੰਗੇ ਵੇਲੇ ਤਾਂ ਸਾਰੇ ਯਾਰ ਹੈ, ਔਖੇ ਵੇਲੇ ਕੋਈ ਬਾਂਹ ਨਹੀਂ ਫੜਦਾ। ਸੋ ਸਿਮਿਲਰ ਜੀ ਸਟੋਰੀ ਹੈ ਇੱਕ ਕੈਨੇਡਾ ਨੂੰ ਲੈ ਕੇ, ਜੋ ਕਿ ਹਾਲ ਹੀ ਦੇ ਵਿੱਚ ਇੱਕ ਨਿਊਜ਼ ਸੁਣਨ ਨੂੰ ਮਿਲਦੀ ਹੈ ਕਿ ਨਦਨ ਕਾਲਜ ਕੈਨੇਡਾ, ਕੈਨੇਡਾ ਦਾ ਸਰਕਾਰੀ ਕਾਲਜ, ਜਿਸਨੇ ਓਵਰ ਰਿਕਰੂਟ ਕੀਤਾ ਸਟੂਡੈਂਟਸ ਨੂੰ। ਜਿੱਥੇ ਕਾਲਜ ਦੀ ਕਪੈਸਿਟੀ 500 ਬੱਚੇ ਨੂੰ ਪੜ੍ਹਾਉਂਦੀ ਸੀਗੀ, ਉਹਨੇ 800-900 ਬੱਚੇ ਨੂੰ ਐਡਮਿਸ਼ਨ ਦਿੱਤੀ। ਸੋ ਕਾਲਜ ਦੀ ਦੇਖਿਆ ਜਾਵੇ ਕਿਤੇ ਨਾ ਕਿਤੇ ਗਲਤੀ ਨਹੀਂ ਸੀ ਮੇਰੇ ਹਿਸਾਬ ਨਾਲ। ਸੋ ਐਕਸਪੈਕਟਿਡ ਕਾਲਜ ਨੂੰ ਵੀ ਇਹੀ ਸੀਗਾ ਕਿ ਠੀਕ ਹੈ, ਅਗਰ 10 ਲੈਟਰਾਂ ਗਈਆਂ 60-70% ਰਿਜ਼ਲਟ ਆਊਗਾ, ਦੈਟ ਮੀਨਸ 6-7 ਬੰਦੇ ਆਊਗੇ ਇਹਦੇ ਵਿੱਚੋਂ। ਸੋ ਕੈਨੇਡਾ ਨੂੰ ਇਸ ਟਾਈਮ ਪੀਕ ਟਾਈਮ 'ਤੇ ਅਗਰ ਆਪਾਂ ਦੇਖਿਆ ਜਾਵੇ ਕਿ ਬਹੁਤ ਜ਼ਿਆਦਾ ਵੀਜ਼ਾ ਐਪਲੀਕੇਸ਼ਨਸ ਗ੍ਰਾਂਟ ਹੋਈਆਂ, ਕਾਲਜ ਦੇ ਅਨਐਕਸਪੈਕਟਡ ਵੇ ਨਾਲ ਰਿਜ਼ਲਟ ਆਏ। ਸੋ ਆਪਣੇ ਤੌਰ 'ਤੇ ਤਾਂ ਉਹਨੇ ਠੀਕ ਕੀਤਾ ਸੀਗਾ, ਬਟ ਵੀਜ਼ਾ ਆਊਟਕਮ ਦੇਖਿਆ ਜਾਵੇ ਇਸ ਟਾਈਮ ਮੋਰ ਦੈਨ 90% ਵੀਜ਼ਾਸ ਗ੍ਰਾਂਟ ਹੋਏ, ਜੋ ਕਿ ਇੱਕ ਰਿਕਾਰਡ ਨੰਬਰ ਆਫ ਐਪਲੀਕੇਸ਼ਨ ਹੈ। ਸੋ ਵੀਜ਼ਾਸ 'ਤੇ ਗ੍ਰਾਂਟ ਹੋ ਗਏ। 500 ਬੱਚੇ ਦੀ ਕਪੈਸਿਟੀ ਵਾਲਾ ਕਾਲਜ 800-900 ਬੱਚੇ ਨੂੰ ਲੈਟਰ ਦੇ ਚੁੱਕਾ ਹੈ, ਫੀਸਿਸ ਹੋ ਗਈਆਂ। ਜਿਹੜੇ ਬੱਚੇ ਦਾ ਵੀਜ਼ਾ ਗ੍ਰਾਂਟ ਹੋਇਆ ਸੀਗਾ ਸਪਤੰਬਰ ਇਨਟੇਕ ਦੇ ਵਿੱਚ, ਸੋ ਅਸਮਾਨ ਤੋਂ ਬਿੱਲੀ ਦੀ ਗਰਜ ਜਿਹੜੀ ਆ ਸਟੂਡੈਂਟ ਦੇ ਉੱਪਰ ਪਈ, ਉਹਦੀ ਲਾਈਫ ਦੇ ਉੱਪਰ ਪਈ ਹੈ। ਵੀਜ਼ਾ ਗ੍ਰਾਂਟ ਹੋਣ ਤੋਂ ਬਾਅਦ ਅੱਜ ਕਾਲਜ ਬੱਚੇ ਨੂੰ ਫੀਸ ਵਾਪਸ ਕਰ ਰਿਹਾ ਕਿ ਅਸੀਂ ਤੁਹਾਨੂੰ ਨਹੀਂ ਪੜ੍ਹਾ ਸਕਦੇ। ਸੋ ਜਿਹੜੇ ਤਾਂ ਉਹ 500 ਬੱਚਾ ਸੀਗਾ ਜਿਹੜਾ ਪੜ੍ਹੇਗਾ ਜਾ ਕੇ, ਉਹ ਤਾਂ ਖੁਸ਼ ਹੈ। ਦੂਜੇ ਪਾਸੋਂ ਦੇਖਿਆ ਜਾਵੇ ਕਿ ਐਸੇ ਵਿਦਿਆਰਥੀ ਜਿਨ੍ਹਾਂ ਦਾ ਵੀਜ਼ਾ ਲੱਗਣ ਤੋਂ ਬਾਅਦ ਵੀ ਇੱਕ ਉਹਨਾਂ ਨੂੰ ਨਿਊਜ਼ ਸੁਣਨ ਨੂੰ ਮਿਲਦੀ ਹੈ ਕਿ ਤੁਹਾਡੀ ਫੀਸ ਅਸੀਂ ਰੀਫੰਡ ਕਰ ਦਾਂਗੇ, ਅਸੀਂ ਤੁਹਾਨੂੰ ਪੜ੍ਹਾ ਨਹੀਂ ਸਕਦੇ। ਸੋ ਕਈ ਐਸੇ ਐਪਲੀਕੈਂਟ ਹੋਣਗੇ ਕਿ ਜਿਹੜੇ ਚੰਗੇ ਫਾਈਨੈਂਸ਼ੀਅਲ ਬੈਕਗ੍ਰਾਊਂਡ ਨਾਲ ਬਿਲੋਂਗ ਕਰਦੇ ਆ, ਕਈ ਐਸੇ ਐਪਲੀਕੈਂਟ ਵੀ ਹੋਏਗੇ ਜਿਨ੍ਹਾਂ ਨੇ ਆਪਦੀ ਜ਼ਮੀਨ ਵੇਚੀ ਹੈ, ਜਿਨ੍ਹਾਂ ਨੇ ਕਰਜ਼ਾ ਚੁੱਕਿਆ। ਸੋ ਉਹ ਬਿਜਲੀ ਦੀ ਜਿਹੜੀ ਗਰਜ ਕਾਲਜ ਵੱਲੋਂ ਆਈ ਸੀਗੀ ਉਹਨਾਂ ਦੇ ਪਰਿਵਾਰਕ ਮੈਂਬਰਾਂ 'ਤੇ ਪੈਂਦੀ ਹੈ। ਸੋ ਟੈਨਸ਼ਨ ਦਾ ਮਾਹੌਲ ਸਾਰੇ ਸਟੂਡੈਂਟਸ ਦੇ ਉੱਪਰ ਹੈ ਅਤੇ ਸਟੂਡੈਂਟ ਨੂੰ ਅੱਜ ਨਹੀਂ ਸਮਝ ਲੱਗ ਰਹੀ ਕੀ ਕਰੀਏ ਕੀ ਨਾ ਕਰੀਏ। ਜਿੱਥੇ ਕੋਈ ਏਜੰਟ ਨਹੀਂ ਬਾਂਹ ਫੜ ਰਿਹਾ, ਉੱਥੇ ਕੈਨੇਡਾ ਦੇ ਕਾਲਜਸ ਨੇ ਜਿਹੜੇ ਸਪਤੰਬਰ ਇਨਟੇਕ ਦੇ ਵਿੱਚ ਦਾਖਲਾ ਦੇਣ ਲਈ ਰੈਡੀ ਨਹੀਂ ਹੈਗੇ। ਸੋ ਸਟੂਡੈਂਟ ਕੀ ਕਰੇ? ਉਹ ਸਟੂਡੈਂਟ ਐਸਾ ਸਟੂਡੈਂਟ ਕਿ ਵੀਜ਼ਾ ਆਉਣ ਦੀ ਖੁਸ਼ੀ ਦੇ ਵਿੱਚ ਜਿਹਨੇ ਯਾਰਾਂ ਦੋਸਤਾਂ ਨੂੰ ਵੀ ਦੱਸਤਾ, ਪਰਿਵਾਰਕ ਮੈਂਬਰਾਂ ਨੂੰ ਤਾਂ ਪਤਾ ਹੀ ਸੀਗਾ, ਰਿਸ਼ਤੇਦਾਰਾਂ ਤੱਕ ਸਾਰਿਆਂ ਨੂੰ ਮਿਲ ਵੀ ਆਏ ਕਿ ਮੈਂ ਕੈਨੇਡਾ ਚੱਲਿਆ, ਸ਼ੋਪਿੰਗ ਹੋ ਗਈ, ਟਿਕਟਾਂ ਹੋ ਗਈਆਂ, ਕਿਹਾ ਡੇਟ ਨੂੰ ਮੈਂ ਟਰੈਵਲ ਕਰ ਲੈਣਾ। ਬਟ ਅਗਰ ਅੱਜ ਆਪਾਂ ਗੱਲ ਕਰੀਏ, ਉਹ ਸਟੂਡੈਂਟ ਨੂੰ ਟੈਨਸ਼ਨ ਇੰਨੀ ਕਿ ਰਿਐਕਟ ਕੀ ਕਰੇ ਪਤਾ ਨਹੀਂ ਲੱਗ ਰਿਹਾ। ਹੋ ਸਕਦਾ ਤੁਹਾਡੇ ਨਾਲ ਆ ਚੀਜ਼ ਹੋਈ ਹੈ, ਹੋ ਸਕਦਾ ਕਿ ਤੁਹਾਡੇ ਯਾਰ ਦੋਸਤ ਆਂਢੀ ਗੁਆਂਢੀ ਆ ਕਿਸੇ ਰਿਸ਼ਤੇਦਾਰ ਨਾਲ ਆ ਚੀਜ਼ ਹੋਈ ਹੈ ਕਿ ਨਦਨ ਕਾਲਜ ਦੀ ਐਪਲੀਕੇਸ਼ਨ ਸੀਗੀ ਅਤੇ ਅੱਜ ਕਾਲਜ ਕਹਿੰਦਾ ਕਿ ਮੈਂ ਵਾਪਸ ਕਰੂੰਗਾ। ਨਾ ਕੋਈ ਕਾਲਜ ਬਾਂਹ ਫੜਦਾ ਅਤੇ ਨਾ ਹੀ ਕੋਈ ਕੰਸਲਟੈਂਟ ਬਾਂਹ ਫੜ ਰਿਹਾ, ਕਿਸੇ ਦੇ ਹੱਥ ਵਸ ਨਹੀਂ ਹੈਗਾ। ਸੋ ਹੋਮ ਗਲੋਬਲ ਪਹਿਲਾਂ ਵੀ ਸਟੂਡੈਂਟਸ ਨਾਲ ਖੜਦਾ ਸੀਗਾ ਅਤੇ ਅੱਜ ਵੀ ਸਟੂਡੈਂਟਸ ਦੇ ਨਾਲ ਖੜਾ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਡੇ ਨੌਨ ਦੇ ਵਿੱਚ ਕੋਈ ਜਾਣਕਾਰ ਐਸਾ ਹੈ ਕਿ ਜਿਹਦੇ ਨਾਲ ਆਹ ਇੰਸੀਡੈਂਟਸ ਹੋ ਚੁੱਕਾ, ਹੋਮ ਗਲੋਬਲ ਸਪਤੰਬਰ ਇਨਟੇਕ ਦੇ ਵਿੱਚ ਤੁਹਾਨੂੰ ਕੈਨੇਡਾ ਦੇ ਕਾਲਜਸ ਦੇ ਵਿੱਚ ਪੜ੍ਹਾਏਗਾ। ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ, ਸੋ ਦੈਟ ਕਿ ਤੁਹਾਡੀ ਇੱਕ ਸ਼ੇਅਰ ਦੇ ਨਾਲ ਕਿਸੇ ਦਾ ਪੈਸਾ ਬਚ ਜਾਵੇ, ਕਿਸੇ ਦਾ ਕੈਰੀਅਰ ਬਚ ਜਾਵੇ, ਤਾਂ ਕੋਈ ਵੀ ਐਸਾ ਐਪਲੀਕੈਂਟ ਉਹ ਕਰਜ਼ੇ ਜਾਂ ਉਸ ਪੈਸੇ ਦੀ ਟੈਨਸ਼ਨ ਕਰਕੇ ਆਪਦਾ ਨੁਕਸਾਨ ਨਾ ਕਰਾ ਲਏ। ਸੋ ਹੁਣੇ ਫੋਨ ਚੱਕੋ, ਕਾਲ ਕਰੋ 9-1-61-9-1-67 ਅਤੇ ਹੋਮ ਗਲੋਬਲ ਦੀ ਮਾਹਰ ਟੀਮ ਨੂੰ ਮਿਲ ਕੇ
अपने सितंबर इनटेक के कैनेडा जाने का सपना करूँ साकार। धन्यवाद।